ਮੇਰੇ ਵੱਲੋਂ ਸਾਰੇ ਮਸੀਹੀ ਭੈਣ ਭਰਾਵਾਂ ਨੂੰ ਯਾ ਯਸ਼ੂ ਕੀ ਯਾ ਯਸ਼ੂ ਦੀ ਮੈਂ ਇਹ ਗੱਲ ਕਰਨਾ ਚਾਹੁੰਦੀ ਹਾਂ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਨਾਲ ਕਿ ਜੋ ਕੁਝ ਵੀ આરોਪ ਲਗਾਏ ਗਏ ਸਾਡੇ ਬਿਸ਼ਪ ਸਾਹਿਬ ਦੇਤੇ ਉਹ ਸਾਰੇ ਬੇਮੁਨਾਯਦ ਹਨ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਇੱਕ ਔਰਤ ਨੂੰ ਇਹ ਗੱਲ ਬੋਲਣ ਲੱਗੇ ਸੋਚਣਾ ਚਾਹੀਦਾ ਹੈ ਕਿ ਮੈਂ ਕੀ ਕਹਿ ਰਹੀ ਆ ਜੇਕਰ ਉਸ ਸਿਸਟਰ ਦੇ ਨਾਲ ਇਹ ਹੋ ਰਿਹਾ ਸੀਗਾ ਉਹਨੂੰ ਪਹਿਲੀ ਵਾਰੀ ਦੱਸਣਾ ਚਾਹੀਦਾ ਸੀਗਾ ਕਿ ਮੇਰੇ ਨਾਲ ਇਹ ਗਲਤ ਹੋ ਰਿਹਾ ਆ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਉਸ ਨੂੰ 13 ਵਾਰੀ ਉਸ ਨਾਲ ਰੇਪ ਕੀਤਾ ਗਿਆ ਆ ਇਹ ਬਹੁਤ ਹੀ ਜ਼ਿਆਦਾ ਗਲਤ ਗੱਲਾਂ ਆ ਅਸੀਂ ਉਸ ਜੇਕਰ ਉਸ ਸਿਸਟਰ ਨਾਲ ਗਲਤ ਹੋਇਆ ਸੀ ਉਹਦੇ ਨਾਲ ਹੋ ਸਕਦੇ ਆ ਪਰ ਉਸ ਨੇ આરોਪ ਹੀ ਐਸੇ ਇਨਸਾਨ ਦੇ ਲਾਇਆ ਹੋਇਆ ਵਾ ਕਿ ਜਿਹੜਾ ਖੁਦ ਇੱਕ ਰੱਬ ਦਾ ਦਾਸ ਹੈ ਜਿਹੜੇ ਲੋਕਾਂ ਦੇ ਲਈ ਨੀ ਭਲਾਈ ਕਰਦਾ ਆ ਲੋਕਾਂ ਦੇ ਦਿਲਾਂ ਦੇ ਵਿੱਚ ਰੱਬ ਨੂੰ ਪਹੁੰਚਾਉਂਦਾ ਆ ਪਰ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਹੜਿਆਂ ਭੈਣ ਭਰਾਵਾਂ ਦੇ ਨਾਲ આરોਪ ਹੋ ਰਿਹਾ ਆ ਛੋਟੇ ਬੱਚਿਆਂ ਦੇ ਨਾਲ ਆਸ਼ੀਫਾ ਲਾ ਲਓ ਹੋਰ ਕਈਆਂ ਉਹ ਜਿਹੇ ਬੱਚਿਆਂ ਜਿਨ੍ਹਾਂ ਨਾਲ ਇਹ ਕੰਮ ਹੋ ਰਿਹਾ ਹੈ ਘਟਨਾ ਵਾਪਰੀ ਹੈ ਉਹਨਾਂ ਦੇ આરોપીਆਂ ਨੂੰ ਫੜ ਨਹੀਂ ਸਕਦੇ ਹੈਗੇ ਕਿਉਂਕਿ ਕਿਉਂਕਿ ਉਹਨਾਂ ਦੇ ਪਿੱਛੇ ਪੈਸਾ ਪਾਵਰ ਲੱਗ ਜਾਂਦਾ ਹੈ ਪੈਸਾ ਪਾਵਰ ਸਾਡੇ ਬਿਸ਼ਪ ਸਾਹਿਬ ਦੀ ਪਿੱਛੇ ਵੀ ਲੱਗ ਸਕਦਾ ਵਾ ਪਰ ਅਸੀਂ ਨਿਆ ਚਾਹੁੰਨੇ ਆ ਕਿ ਜੇਕਰ ਸਾਡੇ ਬਿਸ਼ਪ ਸਾਹਿਬ ਇਨਸਾਫ ਲਈ ਖੜੇ ਹਨ ਅਸੀਂ ਉਹਨਾਂ ਦੇ ਪਿੱਛੇ ਖੜੇ ਹਾਂ ਜੋ ਬੇਬੁਨਿਆਦ ਜੋ ਇਨਸਾਫ ਉਹਨਾਂ ਦੇ ਲਗਾਏ ਗਏ ਹਨ આરોਪ ਲਗਾਏ ਗਏ ਹਨ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਪਰ ਅਸੀਂ ਇਹ ਵੀ ਗੱਲ ਕਰਨਾ ਚਾਹੁੰਨੇ ਹਾਂ ਕਿ ਜੇਕਰ ਤੁਹਾਡੇ ਕੋਈ ਪ੍ਰੂਫ ਹੈਗਾ ਤੁਸੀਂ ਸਾਹਮਣੇ ਲੈ ਕੇ ਆਓ ਅਸੀਂ ਤਾਂ ਮੰਨਦੇ ਆ ਪਰ ਅਸੀਂ ਇਹਨਾਂ ਗੱਲਾਂ ਤੇ ਨਹੀਂ ਮੰਨਦੇ ਹਾਂ ਵੀ ਉਸ ਔਰਤ ਨਾਲ 13 ਵਾਰੀ આરોਪ ਕੀਤਾ ਗਿਆ ਆ ਤੇ ਉਹਨੇ ਅੱਜ ਉੱਠ ਕੇ ਕਹਿ ਦਿੱਤਾ ਹੈ ਕਿ ਮੇਰੇ ਨਾਲ 13 ਵਾਰੀ આરોਪ ਹੋਇਆ ਆ ਇਹ ਬੇਮੁਨਾਯਦ ਹੈ ਔਰ ਮੈਂ ਇਹ ਵੀ ਕਹਿਣਾ ਚਾਹੁੰਦੇ ਹਾਂ ਜਿਹੜੇ ਗੈਂਗ ਰੇਪ ਹੁੰਦੇ ਆ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਹੈਗਾ ਇਹ ਸਾਰੇ ਇਲਜ਼ਾਮ ਜੋ ਵੀ ਇਲਜ਼ਾਮ ਰੇਪ ਦੇ ਲਗਾਏ ਗਏ ਹਨ ਜਿਹੜੇ ਖੁਦਾ ਦੇ ਖਾਦਮ ਹੈ ਉਹਨਾਂ ਤੇ ਕਿਉਂ ਲਗਾਏ ਜਾ ਰਹੇ ਹੈ ਹੋਰ ਵੀ ਇਹੋ ਜਿਹੇ ਖਾਦਮ ਹੈਗੇ ਜਿਨ੍ਹਾਂ ਤੇ ਇਹ ਇਲਜ਼ਾਮ ਲਗਾਏ ਜਾਂਦੇ ਹਨ ਪਰ ਬਾਅਦ ਵਿੱਚ ਕੀ ਹੁੰਦਾ ਹੈ ਕਿ ਉਹ ਇਲਜ਼ਾਮ ਬੇਮੁਨਾਯਦ ਹੋ ਜਾਂਦੇ ਹਨ ਪਰ ਜਿਹੜੀ ਸਾਡੇ ਮਸੀਹੀ ਭੈਣ ਭਰਾਵਾਂ ਦੀ ਰਿਸਪੈਕਟ ਹੁੰਦੀ ਆ ਉਹ ਖੋਦ ਦਿੰਦੇ ਹਨ ਅਸੀਂ ਆਪਣੇ ਵਿਸ਼ੇ ਸਾਹਿਬ ਦੇ ਨਾਲ ਖੜੇ ਆ ਹਮੇਸ਼ਾ ਖੜੇ ਰਾਂਗੇ ਜੇਕਰ ਸਾਨੂੰ ਲੜਨ ਦੀ ਵੀ ਲੋੜ ਪਈਗੇ ਅਸੀਂ ਲੜਨ ਨੂੰ ਵੀ ਤਿਆਰ ਆਂ ਰੋਣਾ ਦੀ ਉਤਰਲੇ ਵੀ ਤਿਆਰ ਆਂ ਪਰ ਸਾਡੇ ਵਿਸ਼ੇ ਸਾਹਿਬ ਨੂੰ ਇਨਸਾਫ ਚਾਹੀਦਾ ਹੈਗਾ ਅਸੀਂ ਉਹਨਾਂ ਦੇ ਇਨਸਾਫ ਦੇ ਲਈ ਪਿੱਛੇ ਖੜੇ ਆ ਹਮੇਸ਼ਾ ਖੜੇ ਰਾਵਾਂਗੇ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ